ਹਲਕਾ ਸਮਰਾਲਾ ਦੀ ਨੌਮ ਦੇ ਪਿੰਡ ਮਹੀਦਪੁਰ ਵਿਖੇ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ਾ ਛੁਡਵਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਇਸ ਪਿੰਡ ਵਿੱਚ ਵੀ ਜ਼ਮੀਨ ਛੁਡਵਾਉਣ ਦੀ ਕਾਰਵਾਈ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਅੱਜ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਿੱਧੇ ਤੌਰ ਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮਰ ਜਾਣਗੇ ਪਰ ਉਹਨਾਂ ਦੇ ਪੁਰਖਿਆਂ ਵੱਲੋਂ ਮਿਹਨਤ ਨਾਲ ਆਬਾਦ ਕੀਤੀ ਗਈ ਜ਼ਮੀਨ ਦਾ ਕਬਜ਼ਾ ਨਹੀਂ ਛੱਡਣਗੇ ਅੱਜ ਮਹੀਦਪੁਰ ਵਿਖੇ ਭਾਰੀ ਗਿਣਤੀ 'ਚ ਇਕੱਤਰ ਹੋਏ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪਿਛਲੇ 60 ਸਾਲਾਂ ਤੋਂ ਅਸੀਂ ਗਰੀਬ ਕਿਸਾਨ ਖੇਤੀ ਕਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਾਂ ਉਹਨਾਂ ਦੱਸਿਆ ਕਿ ਸਰਕਾਰਾਂ ਵੱਲੋਂ ਹਮੇਸ਼ਾ ਵਾਅਦਾ ਕੀਤਾ ਗਿਆ ਕਿ ਬਹੁਤ ਹੀ ਘੱਟ ਮੁੱਲ ਤੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ ਪਰ ਬੇਸ਼ੱਕ ਇਹ ਵਾਅਦਾ ਪੂਰਾ ਨਹੀਂ ਹੋਇਆ ਪਰ ਉਹਨਾਂ ਨੂੰ ਕਦੇ ਵੀ ਕਿਸੇ ਸਰਕਾਰ ਨੇ ਇਹਨਾਂ ਜ਼ਮੀਨਾਂ ਤੋਂ ਉਜਾੜਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਪਰ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਇਆ ਸੀ ਪਰ ਇਹ ਸਰਕਾਰ ਅੱਜ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਕੀ ਨਾਮ ਹੈ ਜੀ ਤੁਹਾਡਾ ਕੁਲਵੰਤ ਖਰਾ ਜੀ ਕੀ ਕਹਿਣਾ ਚਾਹੋਗੇ ਅੱਜ ਕਬਜ਼ਾ ਛੁਡਵਾਉਣ ਦੇ ਲਈ ਪ੍ਰਸ਼ਾਸਨ ਨੇ ਆਉਣਾ ਸੀਗਾ ਨਹੀਂ ਜੀ ਅਸੀਂ ਨਹੀਂ ਕਬਜ਼ਾ ਦੇਵਾਂਗੇ ਜੀ ਹਾਂਜੀ ਅਸੀਂ ਨਹੀਂ ਦੇਵਾਂਗੇ ਕਬਜ਼ਾ ਦੇ ਨਹੀਂ ਦੇ ਸਕਦੇ ਜੀ ਅਸੀਂ ਕਬਜ਼ਾ ਅਸੀਂ ਆਪਣੀ ਰੋਜ਼ੀ ਰੋਟੀ ਥੋੜ੍ਹਾ ਮਾਰਨੀ ਅਸੀਂ ਤਾਂ ਦੋ ਦੋ ਮੈਸਾਂ ਰੱਖ ਕੇ ਇਹ 'ਤੇ ਗੁਜ਼ਾਰਾ ਕਰਦੇ ਹਾਂ ਜੀ ਦੁੱਧ ਪਾਉਂਦੇ ਹਾਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਜੀ ਹਾਂਜੀ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਹਾਂਜੀ ਕਿੱਦਾਂ ਦੇਖਦੇ ਹੋ ਉਹਨਾਂ ਦਾ ਦਾਅਵਾ ਕੋਈ ਨਹੀਂ ਹੁੰਦਾ ਜੀ ਪੂਰਾ ਹੁੰਦਾ ਜੀ ਨਾ ਜੀ ਨਜਾਇਜ਼ ਹੁੰਦੀ ਸਾਡੇ ਨਾਲ ਤਾਂ ਜੀ ਜੇ ਗੱਲ ਅਕਾਲੀ ਕਾਂਗਰਸ ਦੀ ਸਰਕਾਰ ਦੀ ਕਰੀਏ ਨਾ ਜੀ ਉਹਨਾਂ ਨੇ ਸਾਡੇ ਕੋਲ ਜ਼ਮੀਨ ਵੀ ਨਹੀਂ ਖੋਈ ਨਾ ਕੋਈ ਅਕਾਲੀਆਂ ਨੇ ਖੋਈ ਨਾ ਕਾਂਗਰਸ ਨੇ ਖੋਈ ਦਾਣਾ ਪੱਕਾ ਸਾਰਾ ਕੁਝ ਸਾਨੂੰ ਗੌਰਮੈਂਟ ਦਿੰਦੀ ਸੀ ਇਹਦਾ ਕੌਣ ਜੇ 2 ਮਹੀਨੇ ਹੋ ਗਏ ਤਾਂ ਕੁਛ ਨਹੀਂ ਸਾਨੂੰ ਜੀ ਫਾਇਦਾ ਇਹਦਾ ਝੂਠੇ ਬਾਅਦ ਨਿਕਲੇ ਜੀ ਸਾਰੇ ਦੇ ਜੇ ਸਰਕਾਰ ਦੇ ਨੁਮਾਇੰਦੇ ਕਬਜ਼ਾ ਲੈਣ ਦੇ ਲਈ ਇੱਥੇ ਪਹੁੰਚਦੇ ਨੇ ਅਸੀਂ ਨਹੀਂ ਕੀਤਾ ਜਾਊਗਾ ਨਹੀਂ ਜੀ ਅਸੀਂ ਨਹੀਂ ਦਵਾਂਗੇ ਕਬਜ਼ਾ ਕਬਜ਼ਾ ਨਹੀਂ ਦਵਾਂਗੇ ਜੀ ਅਸੀਂ ਕੀ ਮੰਗ ਕਰਦੇ ਹੋ ਸਰਕਾਰ ਦੀ ਅਸੀਂ ਤਾਂ ਕਹਿੰਦੇ ਸਾਨੂੰ ਸਾਫ ਮਿਲ ਜਾਵੇ ਜੀ ਉਹਦੀ ਕਟਾਈ ਹੋ ਜਾਵੇ ਆ ਸਾਨੂੰ ਸਾਫ ਮਿਲ ਜਾਵੇ ਜੇ ਅਸੀਂ ਨਹੀਂ ਛੱਡਾਂਗੇ ਕਬਜ਼ਾ ਸਾਡੇ ਕੋਲ ਜ਼ਮੀਨ ਸਾਡੀ ਜਿਹੜੇ ਦੋ ਦੋ ਕਨਾਲ ਸਾਡੇ ਕੋਲ ਆ ਜਾਣਗੇ ਅਸੀਂ ਕੀਮਤ ਭਰਨ ਨੂੰ ਤਿਆਰ ਹਾਂ ਜੀ ਮੁੰਡੇ ਮਾਂਦਾ ਜੀ ਬਹੁਤ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਨਾਮ ਸਿੰਘ ਡੱਲਾ ਮੈਂ ਪਿੰਡ ਦਾ ਸਰਪੰਚ ਸਰਪੰਚ ਸਾਹਿਬ ਇੱਕ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਕੱਲ ਨੂੰ ਪਿੰਡ ਵਾਸੀਆਂ ਨੂੰ ਕਿ ਜਿਹੜੀ ਜ਼ਮੀਨ ਕਬਜ਼ੇ ਦੀ ਜ਼ਮੀਨ ਹੈ ਉਹ ਛੜਵਾਇਆ ਜਾਊਗਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਸੀਂ ਵੀ ਨਾਲ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੈਂ ਦੇਖੋ ਐਜ਼ ਏ ਸਰਪੰਚ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਤਾਂ ਮੈਂ ਫੋਲੋ ਕਰੂੰਗਾ ਕਾਨੂੰਨ ਦੇ ਅੰਦਰ ਰਹਿ ਕੇ ਮੈਂ ਮੇਰਾ ਨਿੱਜੀ ਇਹ ਹੈਗਾ ਨਿੱਜੀ ਵਿਚਾਰ ਆ ਵੀ ਜਿਹੜੇ ਮੁਜ਼ਾਰੇ ਹੈਗੇ ਆ ਜਿਹੜੇ ਜ਼ਮੀਨ ਪਹਿਲਾਂ ਤੋਂ ਵਾਹੁੰਦੇ ਆ ਉਹ ਹੱਕਦਾਰ ਹੋਣੇ ਚਾਹੀਦੇ ਆ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜਾ ਹੈਗਾ ਉਹ ਸਾਨੂੰ ਕਾਰਵਾਈ ਕਰਨੀ ਚਾਹੀਦੀ ਆ ਕਾਨੂੰਨ ਤੋਂ ਬਿਨਾਂ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਕਿਸੇ ਦਾ ਘਰ ਨਹੀਂ ਢਾਉਣਾ ਚਾਹੀਦਾ ਕਿਸੇ ਦੀ ਜ਼ਮੀਨ ਇਸ ਤਰ੍ਹਾਂ ਖੋਣੀ ਨਹੀਂ ਚਾਹੀਦੀ ਪਿੰਡ ਵਾਸੀਆਂ ਵੱਲੋਂ ਅੱਜ ਵਿਰੋਧ ਵੀ ਕੀਤਾ ਗਿਆ ਰੱਜ ਕੇ ਤੁਸੀਂ ਵੀ ਨਾਲ ਸੀਗੇ ਵਿਰੋਧ ਕੀਤਾ ਗਿਆ ਕਿ ਅਸੀਂ ਕਬਜ਼ਾ ਨਹੀਂ ਹੋਣ ਦੇਵਾਂਗੇ ਐਵੇਂ ਜੀ ਜੀ ਕਿਉਂਕਿ ਅਸੀਂ 70-80 ਸਾਲਾਂ ਤੋਂ ਜ਼ਮੀਨ ਆਪਣੀ ਦੇਖਭਾਲ ਕਰ ਰਹੇ ਹਾਂ ਜਾਂ ਵਾਹ ਰਹੇ ਹਾਂ ਜੀ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਇਹ ਹੈ ਵੀ ਇਹ ਜਿਹੜੀ ਜ਼ਮੀਨ ਹੈਗੀ ਆ ਇਹਦਾ ਸੁਪਰੀਮ ਕੋਰਟ 'ਚ ਕੇਸ ਚੱਲਦਾ ਸਟੇ ਇਹਨਾਂ ਕੋਲ ਹੈਗਾ ਠੀਕ ਹੈ ਨਾ ਅੰਡਰ ਰੂਲਸ ਜਿਹੜੀ ਕਾਰਵਾਈ ਆ ਕਰਨ ਉਹ ਸਟੇ ਹੈਗਾ ਇਹਦੇ ਵਿੱਚ ਸਟੇ ਦੇ ਮੁਤਾਬਕ ਵਕੀਲ ਦੀ ਰਾਏ ਲੈ ਲਵੇ ਜੀ ਨਹੀਂ ਲੈਣੀ ਆ ਠੀਕ ਹੈ ਨਾ ਧੱਕੇ ਨਾਲ ਨਹੀਂ ਕਿਸੇ 'ਤੇ ਕਬਜ਼ਾ ਕਿਸੇ 'ਤੇ ਛਡਾਉਣਾ ਨਹੀਂ ਚਾਹੀਦਾ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਹਿਦਰ ਖੜਕ ਸਿੰਘ ਜੀ ਬਾਈ ਅੱਜ ਮੱਦੀਪੁਰ ਪਿੰਡ ਦੇ ਵਿੱਚ ਪਹੁੰਚੇ ਹੋ ਨਜਾਇਜ਼ ਕਬਜ਼ਿਆਂ ਦੀ ਜਿਹੜੀ ਮੁਹਿੰਮ ਚੱਲੀ ਹੋਈ ਆ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਵੀ ਨੋਟਿਸ ਆਇਆ ਸੀ ਪਿੰਡ ਵਾਲਿਆਂ ਨੂੰ ਉੱਥੇ ਤੁਸੀਂ ਪਹੁੰਚੇ ਹੋ ਕਿਸਾਨ ਯੂਨੀਅਨ ਦੇ ਨਾਲ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੇ ਮਹਾਰਾਜ ਦਾ ਫਰਮਾਨ ਹੈ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਅਸੀਂ ਸਾਰਿਆਂ ਦੇ ਨਾਲ ਖੜੇ ਹਾਂ ਇਹ ਜਿਹੜੇ ਮਜ਼ਦੂਰ ਭਾਈ ਸਾਡੇ ਵੀਰ ਨੇ ਜੇ ਇਹਨਾਂ ਨੂੰ ਇੱਕ ਇੱਕ ਨਾਲ ਜੇ ਜ਼ਮੀਨ ਮਿਲ ਵੀ ਗਈ ਆ ਤਾਂ ਇਹਨੂੰ ਕੀ ਤਕਲੀਫ ਆ ਇਹਨੂੰ ਚਾਹੀਦਾ ਵੀ ਇਹ ਮੇਰੇ ਨਾਲ ਰਲ ਕੇ ਮੈਨੂੰ ਇਹਨਾਂ ਨੇ ਵੋਟਾਂ ਪਾ ਕੇ ਜਿਤਾਇਆ ਕਿਸੇ ਮਾਣ ਨੂੰ ਜਿਤਾਇਆ ਸੀ ਤਬਾਦਲਾ ਚਾਹਿਆ ਸੀ ਇਹਨਾਂ ਨੇ ਪਹਿਲੀਆਂ ਸਰਕਾਰਾਂ ਨੇ ਲੁੱਟਿਆ ਅਤੇ ਕੁੱਟਿਆ ਇਹਨਾਂ ਨੂੰ ਜੇ ਹੁਣ ਇਹ ਤਬਾਦਲਾ ਕਰਕੇ ਇਹ ਸਰਕਾਰ ਬਣਾਈ ਆ ਤਾਂ ਹੁਣ ਇਹਨੇ ਵੀ ਉਹੀ ਡੰਡਾ ਚੁੱਕ ਲਿਆ ਇਹਨੂੰ ਸੋਚਣਾ ਚਾਹੀਦਾ ਵੀ ਮੈਂ ਇਹਨਾਂ ਦੇ ਨਾਲ ਖੜਾਂ ਜਿਹੜਾ ਇਹਨਾਂ ਦਾ ਹੱਕ ਬਣਦਾ ਹਾਂ ਤੁਸੀਂ ਇਹ ਗੱਲ ਹੈ ਵੀ ਜਿਹੜਾ ਕਾਨੂੰਨ ਤੌਰ ਵੀ ਤੁਸੀਂ ਇਹਨਾਂ ਦਾ ਜਿਹੜਾ ਕੋਈ ਬਣਦਾ ਜ਼ਮੀਨ ਦਾ ਰੇਟ ਰੱਖ ਕੇ ਇਹਦੇ ਇਹਨਾਂ ਨੂੰ ਕਹਿ ਜਾਵੇ ਵੀ ਇਹ ਤੁਹਾਡੇ ਨਾਲ ਤੁਹਾਨੂੰ ਇਹਨੂੰ ਮਾਲਕੀ ਕੀਤੀ ਜਾਵੇ ਇਹਨਾਂ ਦੀਆਂ ਕਿਸ਼ਤਾਂ ਬਣਾ ਕੇ ਇਹਨਾਂ ਤੋਂ ਪੈਸੇ ਲਏ ਜਾਣ ਅਸੀਂ ਇਹ ਕਹਾਂਗੇ ਬਾਕੀ ਜੇ ਕੋਈ ਇਹਦੇ ਨਾਲ ਗੌਰਮੈਂਟ ਜਾਂ ਕੋਈ ਹੋਰ ਧੱਕਾ ਕਰੇਗਾ ਵੀ ਪੰਥ ਖਾਲਸਾ ਨਿਹੰਗ ਸਿੰਘ ਜਿੰਨੀ ਫੌਜ ਆ ਦਲਾਂ ਦੀ ਸਾਰੀ ਇਹਨਾਂ ਦੇ ਨਾਲ ਖੜੀ ਆ ਅਤੇ ਨਾਲ ਖੜ ਕੇ ਕਿਸਾਨ ਯੂਨ ਮਨਜ਼ੂਰ ਜਿਹੜਾ ਯੂਨੀਅਨ ਖੜੀ ਆ ਇਹਨਾਂ ਦੇ ਨਾਲ ਰਲ ਕੇ ਅਸੀਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਪੂਰੇ ਮੁਕਾਬਲੇ ਕੀਤੇ ਆ ਇੱਥੇ ਵੀ ਜ਼ਰੂਰ ਕਰਾਂਗੇ ਨਾਲ ਖੜਾਂਗੇ ਤਕੜੇ ਹੋ ਕੇ ਇਹਨਾਂ ਦੇ ਨਾਲ ਆ ਅਤੇ ਹਰ ਪੱਖੋਂ ਇਹਨਾਂ ਨਾਲ ਖੜ ਕੇ ਅਤੇ ਮੋਰਚੇ ਮਸਲੇ ਹੱਲ ਕਰਾਂਗੇ ਅਤੇ ਭਗਵੰਤ ਮਾਨ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੂੰ ਚੰਗਾ ਨਹੀਂ ਕਰ ਰਿਹਾ ਸੋਚ ਕੋ ਤੇਰੇ ਅੰਦਰ ਰੱਬ ਵਸਣਾ ਚਾਹੀਦਾ
पर तेरे अंदर तो शैतान आ गया, तेरे जो शैतान आज तो की फर्क रह गया, तेनू सोचना चाहिए तेरे सारे नाल जुड़े हुए हैं इन्हों के हक के बनते हक इन्हों इन्हों दे तो इन्हों सुखी रहन दे तेरिया तेन शीसा दे नहीं तो फिर गाला तो क्ढन ही देने। वाहिगुरु जी का खालसा ते वाहिगुरु जी की फतेह। की नाम है तो? मेरा नाम सुपिंदर सिंह बग्गा जी, भारतीय किसान यूनियन सिद्धूपुर समराला ब्लाक की टीम आई है साड़ी इत्थे। यह मजदूर की जो एक एक कनाल दो दो कनाल जमीन आ जिन्होंने इन्होंने वसों की हुई आ, जिस पट्ठे बीज के डंगर दुध पा के मझा का गुजारा करते हैं, तो वो अज जमीन के उत्ते नोटिस दे के भगवंत मान सरकार वालों कब्जा करने लिए आ रहे थे बोली देने लिए, तो उन्होंने स्नेह दे अद बोल असी पहुँचे अज, तो सरकार नू चाहिए भी जिथे रुजगार देना चाहिए, उल्ट सरकार किसानां मजदूरां तो खो रही आ, तो ये चीज़ का बड़ा दुख लगता भी लोगों ने बड़िया उत्साह वोटां पाई सी, बड़िया आसां सीगियां बहुत वोटां ते जिताया, पर उन्ना ही उल्टा काम हो रहा भी जिन्नियां उम्मीदां वध सीगियां जिन्नियां वध वोटां पाई सी उन्ना ही वध उल्ट विच असर हो रहा, उल्ट चल रही है सरकार भगवंत मान की। तो बाकी जिथे भी किसान जमीन खोई जाऊगी जिवें बात करां दी आ, जां जिन्हां ने पैसे भरे हुए ने जिन्हां ने जमीन अज तो 60 साल पहला सवारियां ने तो उन्होंने चालू करिया ने जमीन वेंदड़ बनाईया ने, तो अज उन्हां दी मेहनत का मुल मिलने की बजाए तो उन्होंने उल्टों जमीन खोईया जा रही ने, यह बड़ा माड़ा हो रहा जी। तो सरकार अपने वादे तो नहीं खड़ रही, जबकि सरकार ने 18 मई में जरा धरना लगे 17-18 तरीक धालीवाल पंचायत मंत्री ने कहा सी भी एक सांझी कमेटी बनाई जाऊ कि जमीन असी रखनिया ने जां किहड़ियां असी खोनी मतलब कब्जे करने ने वो कमेटी फाइनल करूगी, पर एक गल इन्होंने ये भी कही सी नोटिस कम से कम 15 दिन पहला भेजा जाऊ, इन्हों कल शाम 5 बजे नोटिस मिलता, तो अज 12 बजे तो वे कब्जा करने ते बोली देने प्रशासन आ रहा, तो ये बड़ी माड़ी गल आ भी कहिंदे कुछ होर ने करदे कुछ होर ने, तो बड़ी माड़ी गल आ जी। वाहिगुरू जी का खालसा वाहिगुरू जी फतेह। की नाम है जी तुहाडा? मुख्तियार सिंह जी। ਕਿਹੜਾ ਪਿੰਡ ਹੈ ਜੀ? ਮਹੱਦੀਵਾ। ਪੰਜਾਬ ਸਰਕਾਰ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਕਿ ਜਿਹੜੀ ਤੁਹਾਡੀ ਜ਼ਮੀਨ ਹੈ ਹਾਂਜੀ ਜਿੱਥੇ ਤੁਸੀਂ ਰਹਿ ਰਹੇ ਹੋ ਪੁਰਾਣੇ ਟਾਈਮ ਤੋਂ ਜਾਂ ਤੁਸੀਂ ਬਾਹਰ ਹੋ ਹਾਂਜੀ ਹਾਂਜੀ ਉਹਦਾ ਕਬਜ਼ਾ ਛਡਵਾਇਆ ਜਾਊਗਾ ਹਾਂਜੀ ਕਿੱਦਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਉਹਦੇ ਵਿੱਚ? ਇਹ ਜੀ ਸਾਡੇ ਕੋਲ ਕਾੜਵਾੜ ਤੋਂ ਜ਼ਮੀਨ ਸਾਡੇ ਦਾਦਾ ਜੀ ਨੂੰ ਅਲਾਟ ਹੋਈ ਹੈ, ਬੰਜਰ ਜ਼ਮੀਨ ਸੀ, ਉਹਨਾਂ ਨੇ ਆਬਾਦ ਕੀਤੀ ਹੈ, ਆਬਾਦ ਕਰਕੇ ਜੋ ਸਾਡੇ ਮੂਹਰੇ ਡੈਡੀ ਦੇ ਭਾਈ ਹੈ 4-5 ਅਤੇ ਉਹਨਾਂ ਨੂੰ 2-2 ਕਨਾਲਾਂ ਜ਼ਮੀਨ ਆ ਰਹੀ ਹੈ, ਅਤੇ ਇਹ ਸਰਕਾਰ ਇਹਨਾਂ ਨੇ ਦੇਣਾ ਦਾ ਕੀ ਹੈ ਸਾਡੇ ਕੋਲ ਖੋ ਰਹੇ ਆ। ਠੀਕ ਹੈ ਜੀ, ਸਾਡਾ ਦਿੱਲੀ ਸਟੇ ਲੱਗਿਆ ਹੋਇਆ ਸੁਪਰੀਮ ਕੋਰਟ ਦੇ ਵਿੱਚ, ਸਾਡੇ ਕੋਲ ਸਟੇ ਹੈਗਾ, ਕਾਗਜ਼ ਪੱਤਰ ਸਾਡੇ ਕੋਲ ਸਾਰੇ ਆ ਜੀ ਇਹਦੇ, ਅਤੇ ਅਸੀਂ ਇਹ ਜ਼ਮੀਨ ਦਾ ਕਬਜ਼ਾ ਭਗਵੰਤ ਮਾਨ ਦੇ ਬੰਦੇ ਨੂੰ ਨਹੀਂ ਲੈਣ ਦੇਵਾਂਗੇ। ਹਾਂ, ਕਿਸੇ ਨੂੰ ਕਬਜ਼ਾ ਨਹੀਂ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।